ਜੀ ਤੁਹਾਡਾ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਗੁਰੂ ਫਤਿਹ ਜੀ। ਮੈਂ ਟਕਸਾਲੀ ਨੂੰ ਪਹਿਲਾਂ ਵਧਾਈਆਂ ਦੇ ਦੇਈਏ ਹੁਣ ਬਚ ਗਿਆ। ਨਹੀਂ ਨਹੀਂ ਗੱਲ ਤਾਂ ਬੜੀ ਐਨ ਜਿੱਦਾਂ ਬੜੀ ਲਾਈਨ ਦੇ ਵਿੱਚ ਇਹ ਚੱਲ ਰਹੀ ਸੀ ਬੜੀ ਵਧੀਆ। ਚਲੋ ਉਹ ਤਾਂ ਹੁਣ ਟਕਸਾਲੀ ਦਾ ਬਚਾਅ ਹੋ ਗਿਆ 5-7 ਮਿੰਟ। ਕੋਈ ਨੀ। ਅੱਛਾ ਮੈਂ ਆ ਜਿਹੜੀ ਐਂਡ ਦੇ ਵਿੱਚ ਉਹ ਟਕਸਾਲੀ ਨੇ ਵੀ ਉੱਥੇ ਲਿਆ ਕੇ ਗੱਲ ਜੋੜ ਦਿੱਤੀ ਜਿਹੜੀ ਤੁਹਾਡੀ ਪਿਛਲੇ ਅੱਧੇ ਪੌਣੇ ਘੰਟੇ ਤੋਂ ਚੱਲ ਰਹੀ ਸੀਗੀ ਬਈ ਤਰਕ ਬਾਰੇ ਵੀ ਤੇ ਆ ਜਿਹੜਾ ਗੰਧਲਾਪਨ ਆਇਆ ਮਤਲਬ ਸਾਡੀਆਂ ਸਾਡੇ ਮੰਨਣ ਦੇ ਵਿੱਚ ਗਈਆਂ ਗੱਲਾਂ ਨੂੰ। ਹਾਂਜੀ ਅੱਜ ਜਿਹੜੀ ਗੱਲ ਤੁਸੀਂ ਹੁਣ ਕਹਿ ਕੇ ਹਟੇ ਆ ਮੈਂ ਇਹਦੇ ਬਾਰੇ ਮਾੜਾ ਜਿਹਾ ਕਹਿਣਾ ਚਾਹੁੰਦਾ ਕਿ ਜਿਹੜਾ ਨੈਚੁਰਲ ਪਰਸੈਪਸ਼ਨ ਆ ਨਾ ਮਤਲਬ ਦੁਨੀਆ ਦਾ ਤੇ ਕੁਦਰਤ ਦਾ ਹਾਂਜੀ ਉਹਨੂੰ ਅਣਗੌਲਿਆ ਕਰ ਦਿੰਦਾ ਬੰਦਾ ਕਿਉਂਕਿ ਅਣਗੌਲਿਆ ਅਸਲ ਦੇ ਵਿੱਚ ਤਾਂ ਬੰਦਾ ਕੁਦਰਤੀ ਜੀਵ ਆ ਤੇ ਜੇ ਉਹ ਮਤਲਬ ਉਹਦੇ ਤੇ ਆ ਧਾਰਮਿਕ ਗ੍ਰੰਥਾਂ ਦਾ ਤੇ ਧਾਰਮਿਕ ਰੋਹ ਰੀਤਾਂ ਦਾ ਛੋੜਾ ਨਾ ਹੋਵੇ ਫੇਰ ਉਹ ਹੋ ਸਕਦਾ ਵੀ ਬਹੁਤ ਕੁਛ ਆਪਣੇ ਨੈਚੁਰਲ ਪਰਸੈਪਸ਼ਨ ਨਾਲ ਕਰੂਗਾ ਜੋ ਉਹਨੂੰ ਆਲਾ ਦੁਆਲਾ ਦਿਸੂਗਾ ਵੀ ਕੀ ਵਾਪਰ ਰਿਹਾ ਨਾ ਕੁਦਰਤ ਦੇ ਵਿੱਚ। ਪਰ ਹੁਣ ਜਦ ਕਿ ਧਾਰਮਿਕ ਗ੍ਰੰਥਾਂ ਨੇ ਇੱਕ ਛੋੜਾ ਪਾ ਦਿੱਤਾ ਆ ਉਹਦੇ ਤੇ ਕੁਛ ਮਨੌਤਾਂ ਬਣ ਗਈਆਂ ਆ ਪਾਸਟ ਦੇ ਵਿੱਚ ਹੁਣ ਉਹ ਦੋਨਾਂ ਦੇ ਵਿੱਚ ਉਲਝ ਕੇ ਰਹਿ ਗਿਆ ਆ ਵੀ ਕਿਤੇ ਨਾ ਕਿਤੇ ਮਤਲਬ ਕੁਦਰਤ ਨੂੰ ਦੇਖਿਆ ਕਿਉਂਕਿ ਦਿਮਾਗ ਕੁਦਰਤ ਵੱਲ ਨੂੰ ਖਿੱਚ ਕੇ ਲੈ ਕੇ ਜਾਂਦਾ ਤੇ ਜਿਹੜੀਆਂ ਮਨੌਤਾਂ ਆ ਉਹ ਜਾਂ ਮਰਿਆਦਾ ਵੱਲ ਨੂੰ ਖਿੱਚ ਕੇ ਲੈ ਕੇ ਜਾਂਦੀਆਂ ਜੋ ਧਰਮ ਨੇ ਬਣਾਤੀ ਆ ਜਾਂ ਉਹਦੇ ਆਪਣੇ ਧਰਮ ਨੇ ਬਣਾਤੀ ਆ ਜਾਂ ਉਹਨਾਂ ਅਰਥਾਂ ਵੱਲ ਨੂੰ ਖਿੱਚ ਕੇ ਲੈ ਕੇ ਜਾਂਦੀਆਂ ਜੋ ਅਰਥ ਉਹਦੇ ਧਾਰਮਿਕ ਆਗੂਆਂ ਨੇ ਉਹਨਾਂ ਦੇ ਧਾਰਮਿਕ ਗ੍ਰੰਥਾਂ ਦੇ ਕਰ ਦਿੱਤੇ ਆ ਉਹਦੇ ਲਈ ਫਿਰ ਪੰਗਾ ਖੜਾ ਹੋ ਜਾਂਦਾ ਫਿਰ ਉਹ ਜਿਹੜਾ ਪੰਗਾ ਖੜਾ ਹੋ ਜਾਂਦਾ ਫਿਰ ਉਹਦੇ ਨਾਲ ਅਨਇਕੁਐਲਿਟੀ ਜਿਹਨੂੰ ਆਪਾਂ ਨਾ ਬਰਾਬਰੀ ਵਾਲੀ ਭਾਵਨਾ ਕਹਿ ਲੈਂਦੇ ਹਾਂ ਜਿੱਦਾਂ ਤੁਸੀਂ ਕੱਪੜਿਆਂ ਬਾਰੇ ਡਿਸਕਸ਼ਨ ਕੀਤੀ ਸੀਗੀ ਹੁਣ ਗੋਰਿਆਂ ਨੇ ਅਨੁਪਾਤ ਦੇਖੋ ਕਿੰਨਾ ਵਧੀਆ ਲੈ ਕੇ ਆਉਂਦਾ ਇਸ ਗੱਲ ਦੇ ਵਿੱਚ ਉਹ ਬੀਚ ਦੇ ਉੱਤੇ ਬਿਕਨੀ ਪਾ ਲੈਂਦੇ ਆ ਤੇ ਚਰਚ ਜਾਣ ਲੱਗੇ ਆਪਣਾ ਸੂਟ ਵਗੈਰਾ ਪਾ ਲੈਂਦੇ ਆ ਤੇ ਜਦੋਂ ਸ਼ੋਪਿੰਗ ਮਾਲ ਜਾਂਦੇ ਆ ਤਾਂ ਆਪਣੇ ਕੈਜੂਅਲ ਕੱਪੜੇ ਪਾ ਲੈਂਦੇ ਆ ਹੁਣ ਆਪਾਂ ਵੀ ਮਾਲਾਂ ਦੇ ਵਿੱਚ ਨਿਊਜ਼ੀਲੈਂਡ ਜਾਂਦੇ ਆ ਕਿੰਨੇ ਕੁ ਗੋਰਿਆਂ ਦੇ ਵਿੱਚ ਕਿੰਨੇ ਕੁ ਵਲਗਰ ਬੰਦੇ ਸਾਨੂੰ ਦੀਦੇ ਆ ਹਜ਼ਾਰਾਂ ਦੇ ਵਿੱਚ ਕੋਈ ਇੱਕ ਬੰਦਾ ਜ਼ਰੂਰ ਹੋਊਗਾ ਜੇ ਕੋਈ ਘੱਟ ਕੱਪੜਿਆਂ ਚ ਹੋਊਗਾ ਨਹੀਂ ਤਾਂ ਸਾਰੇ ਸਧਾਰਨ ਕੱਪੜਿਆਂ ਚ ਹੀ ਹੁੰਦੇ ਆ ਮਤਲਬ ਕੀ ਆ ਵੀ ਉਹਨਾਂ ਦੇ ਅਨੁਪਾਤ ਆ ਗਿਆ ਉਹਨਾਂ ਨੂੰ ਸਮਝ ਆ ਗਈ ਇਸ ਗੱਲ ਦੀ ਵੀ ਮੈਨੂੰ ਆਜ਼ਾਦੀ ਆ ਮੈਨੂੰ ਆਪਣੇ ਕੱਪੜੇ ਪਾਉਣ ਦੀ ਤੇ ਜਿਹੜਾ ਦੇਖਣ ਵਾਲਾ ਆ ਉਹਨੂੰ ਇਹ ਪਤਾ ਵੀ ਇਹਦੇ ਜੋ ਮਰਜ਼ੀ ਪਾਇਆ ਹੋਵੇ ਵੀ ਮੇਰੇ ਜਿਹੜੇ ਹੱਕ ਆ ਇਹਦੇ ਨਾਲ ਗੱਲ ਕਰਨ ਦੇ ਉਹ ਹੈਗੇ ਆ ਪਰ ਇਹਦੇ ਕੱਪੜਿਆਂ ਬਾਰੇ ਟਿੱਪਣੀ ਕਰਨ ਦਾ ਜਾਂ ਇਹਦੇ ਵੱਲ ਨੂੰ ਦੇਖਣਾ ਜਿਹੜਾ ਉਹ ਗੈਰ ਸਮਾਜਿਕ ਆ ਮਤਲਬ ਕਿ ਉਹਨਾਂ ਨੇ ਇਹਨਾਂ ਗੱਲਾਂ ਨੂੰ ਸਮਝ ਲਿਆ ਹਨਾ ਹੁਣ ਇਹਨਾਂ ਬੰਦਿਆਂ ਦੀਆਂ ਜਿਹੜੀਆਂ ਜਿਹੜੇ ਗੋਰੇ ਆ ਜੇਕਰ ਇਹਨਾਂ ਦੀਆਂ ਗੱਲਾਂ ਤੁਸੀਂ ਕੁਦਰਤ ਦੇ ਨਾਲ ਮੇਲ ਕੇ ਦੇਖੋ ਕਿੰਨੀ ਇਕਸਾਰਤਾ ਦੇ ਵਿੱਚ ਚੱਲਦੀਆਂ ਹਨਾ ਇੱਦਾਂ ਹੀ ਲੱਗਦਾ ਬਈ ਜਿੱਦਾਂ ਕੁਦਰਤ ਦਾ ਇਹਨਾਂ ਨੇ ਕਹਿਣਾ ਮੰਨਿਆ ਹੁੰਦਾ ਬੰਦਿਆਂ ਨੇ ਨਾ ਨਾ ਇੱਕ ਚੀਜ਼ ਨਾ ਮੈਨੂੰ ਅੱਗੇ ਬੜੀ ਰੜਕਦੀ ਹੁੰਦੀ ਸੀ ਮੈਂ ਕਿਹਾ ਵੀ ਇਹ ਲੋਕ ਅੱਖਾਂ ਚ ਅੱਖਾਂ ਪਾ ਕੇ ਗੱਲ ਕਿਉਂ ਕਰਦੇ ਆ ਕਿਆ ਬਾਤ ਹਾਂਜੀ ਸਾਨੂੰ ਸਿਖਾਇਆ ਇਹ ਜਾਂਦਾ ਆ ਵੀ ਜਦੋਂ ਬੰਦਾ ਡਿੱਗਦਾ ਤਾਂ ਅੱਖਾਂ ਰਾਹੀਂ ਡਿੱਗਦਾ ਦੇਖਣਾ ਨੀ ਚਾਹੀਦਾ ਹੁਣ ਇੱਥੇ ਤੁਸੀਂ ਬੈਂਕ ਜਾਓ ਕਿਤੇ ਵੀ ਜਾਓ ਅਗਲੇ ਐਨ ਅੱਖਾਂ ਚ ਅੱਖਾਂ ਗੱਡ ਕੇ ਤੁਹਾਡੇ ਨਾਲ ਗੱਲ ਕਰਦੇ ਆ ਹਾਂਜੀ ਅੱਛਾ ਹੁਣ ਉਹ ਨਾ ਆਪ ਆਪਣੇ ਬੰਦਿਆਂ ਨੂੰ ਨੋਟ ਕਰਿਓ ਹਾਂਜੀ ਮੰਨ ਲਓ ਤੁਸੀਂ ਤੁਹਾਡੇ ਨਾਲ ਕੋਈ ਬੰਦਾ ਗੱਲ ਕਰ ਰਿਹਾ ਜੀ ਤੇ ਤੁਸੀਂ ਜੇ ਕੱਪੜੇ ਚੇਂਜ ਕਰਦੇ ਆ ਹੁਣ ਜਿਹਨੂੰ ਨਾ ਇਹ ਸਿਖਾ ਦਿੱਤਾ ਗਿਆ ਜਦੋਂ ਅਗਲੇ ਨਾਲ ਗੱਲ ਕਰਨੀ ਹੈ ਕਮਿਊਨੀਕੇਸ਼ਨ ਕਰਨਾ ਤਾਂ ਅੱਖਾਂ ਚ ਅੱਖਾਂ ਪਾ ਕੇ ਕਰਨੀ ਆ ਉਹਦੇ ਨਾਲ ਕੀ ਹੋਊਗਾ ਜੇ ਮੰਨ ਲਓ ਤੁਸੀਂ ਓਵਰਆਲ ਆਪਣਾ ਲੋਕਰ ਰੂਮ ਚ ਕਿਤੇ ਤੁਸੀਂ ਕੱਪੜੇ ਕਿਤੇ ਸਪੋਰਟਸ ਗੇਮ ਖੇਡਣ ਲੱਗੇ ਕੱਪੜੇ ਚੇਂਜ ਕਰਨ ਲੱਗੇ ਹੋ ਤੁਹਾਡੇ ਨਾਲ ਕੁੜੀ ਕੋਈ ਔਰਤ ਇੱਥੇ ਦੀ ਜਾਂ ਕੋਈ ਬੰਦਾ ਇੱਥੇ ਦਾ ਗੱਲ ਕਰ ਰਿਹਾ ਜਿਹਦੇ ਨੂੰ ਇਹ ਸਿਖਾਇਆ ਗਿਆ ਉਹ ਕੀ ਕਰੂਗਾ ਉਹ ਤੁਹਾਡੇ ਨਾਲ ਅੱਖਾਂ ਚ ਅੱਖਾਂ ਪਾ ਕੇ ਗੱਲ ਕਰੀ ਜਾਣੀ ਉਹਨੇ ਤੇ ਸਾਡੇ ਬੰਦੇ ਕੀ ਕਰਦੇ ਆ ਉਦੋਂ ਤੁਹਾਡੇ ਸਾਰੇ ਸਰੀਰ ਨੂੰ ਨਾਪ ਰਹੇ ਹੁੰਦੇ ਆ ਗੱਲ ਤੁਹਾਡੇ ਨਾਲ ਕਰ ਰਹੇ ਹੁੰਦੇ ਆ ਕਦੇ ਤੁਹਾਡੀ ਪੱਗ ਨੂੰ ਦੇਖਣਾ ਏਦਾਂ ਕਦੇ ਏਦਾਂ ਕੱਛਾਂ ਨੂੰ ਦੇਖਣਾ ਕਦੇ ਏਦਾਂ ਥੱਲੇ ਪੈਰਾਂ ਨੂੰ ਦੇਖਣਾ ਉਹ ਇੰਨਾ ਔਕਵਰਡ ਲੱਗਦਾ ਨਾ ਤੁਹਾਨੂੰ ਤੁਸੀਂ ਨਾ ਏਦਾਂ ਗੱਲ ਕਰਨ ਲੱਗੇ ਆ ਜੇ ਅਗਲੇ ਨੇ ਏਦਾਂ ਗੱਲ ਕਰਦੇ ਨੇ ਤੁਹਾਡੀ ਪੱਗ ਦੇ ਟੋਪ ਵੱਲ ਨੂੰ ਵੀ ਏਦਾਂ ਦੇਖ ਲਿਆ ਮੜ ਜਿਆ ਤੁਹਾਡੇ ਦਿਮਾਗ ਚ ਝੱਟ ਆ ਜਾਣਾ ਵੀ ਮੈਨੂੰ ਲੱਗਦਾ ਠੀਕ ਨੀ ਬੱਜੀ ਉਹ ਜੇ ਅਗਲਾ ਦਾੜੀ ਵੱਲ ਨੂੰ ਦੇਖਣ ਲੱਗ ਪਿਆ ਤੇ ਬੰਦਾ ਝੱਟ ਅੱਗੇ ਦੇਖਦਾ ਵੀ ਦਾੜੀ ਨੂੰ ਲੱਗਾ ਕੁਛ ਏਦਾਂ ਮਤਲਬ ਤੁਹਾਡਾ ਕੋਨਫੀਡੈਂਸ ਲੂਜ਼ ਹੋ ਜਾਂਦਾ ਉਹਦੇ ਨਾਲ
ਬਿਲਕੁਲ ਬਿਲਕੁਲ ਆਪਣੇ ਆਪ ਨੂੰ ਵੀ ਬੰਦਾ ਇੱਕ ਸਵਾਲ ਕਰੇ ਵੀ ਜਦੋਂ ਜਦੋਂ ਕਿਤੇ ਤੁਸੀਂ ਬੈਂਕਾਂ ਚ ਜਾਂਦੇ ਆ ਜਾਂ ਕਿਤੇ ਵੀ ਇੱਥੇ ਜਦੋਂ ਇਹਨਾਂ ਦੀਆਂ ਲੇਡੀਜ਼ ਬੈਠੀਆਂ ਹੁੰਦੀਆਂ ਵੀ ਜੇਕਰ ਉਹਦੇ ਚਿਹਰੇ ਤੇ ਤੁਹਾਡੀਆਂ ਮਤਲਬ ਨਜ਼ਰਾਂ ਨਹੀਂ ਹੈਗੀਆਂ ਮਤਲਬ ਤਾਂ ਆਹ ਸੋਚੋ ਘੱਟੋ ਘੱਟ ਬਈ ਉਸ ਟਾਈਮ ਕਿਤੇ ਸੋਚੋ ਵੀ ਤੁਹਾਡੇ ਦਿਮਾਗ ਚ ਥੋਟ ਕੀ ਚੱਲ ਰਿਹਾ ਹੈ ਪਾ ਕੇ ਤੁਸੀਂ ਉਸ ਟਾਈਮ ਸੋਚ ਕੀ ਰਹੇ ਹੋ ਔਰ ਨਹੀਂ ਨਹੀਂ ਜਦੋਂ ਤੁਸੀਂ ਅਗਲੇ ਜੇ ਅੱਖਾਂ ਚ ਅੱਖਾਂ ਪਾਉਣ ਦੀ ਨਹੀਂ ਆਦਤ ਹੁਣ ਸਾਹਮਣੇ ਔਰਤ ਆ ਤੁਹਾਡੇ ਤੁਸੀਂ ਉਹਦੀਆਂ ਅੱਖਾਂ ਚ ਨੀ ਦੇਖ ਰਹੇ ਫਿਰ ਕਿੱਧਰ ਦੇਖੋਗੇ ਤੁਸੀਂ ਉਹਦੇ ਮੱਥੇ ਵੱਲ ਨੂੰ ਵਾਲਾਂ ਵੱਲ ਨੂੰ ਗੱਲਾਂ ਵੱਲ ਨੂੰ ਛਾਤੀ ਵੱਲ ਨੂੰ ਕਿਤੇ ਹੋਰ ਦੇਖੋਗੇ ਨਾ ਉਹ ਕਿੰਨਾ ਹੋਰ ਲੱਗਣਾ ਉਸ ਵੇਲੇ ਕਿਤੇ ਤਾਂ ਦੇਖਣਾ ਪੈਣਾ ਤੁਹਾਨੂੰ ਅੱਖਾਂ ਮੀਟਿੰਗ ਖੜਨਾ ਨੀ ਤੁਸੀਂ ਹੁਣ ਸਾਡੇ ਬੰਦਿਆਂ ਨੂੰ ਜਾਣੀ ਇੱਦਾਂ ਇੱਦਾਂ ਗੱਲ ਕਰਦੇ ਨੂੰ ਕਹਿਣਾ ਪੈਂਦਾ ਵੀ ਮੇਰੇ ਨੂੰ ਦੇਖ ਕੇ ਗੱਲ ਕਰ ਯਾਰ ਬੰਦਾ ਇੱਦਾਂ ਕੰਨ ਤੁਹਾਡੇ ਕੰਨ ਨੂੰ ਜਾਂ ਇੱਦਾਂ ਸਾਈਡ ਨੂੰ ਗੱਲ ਕਰਕੇ ਇੱਦਾਂ ਤੁਸੀਂ ਗੱਲ ਕਰਦੇ ਆ ਇੱਦਾਂ ਅਗਲਾ ਇੱਦਾਂ ਪਰੀ ਨੂੰ ਜਿੱਦਾਂ ਹੁਣ ਇੱਦਾਂ ਗੱਲ ਕਰਦੇ ਆ ਉੱਧਰ ਨੂੰ ਦੇਖਣ ਲੱਗ ਪੈਣਾ ਇੱਦਾਂ ਇੱਦਾਂ ਕਹਿਣਾ ਪੈਂਦਾ ਤੂੰ ਮੇਰੇ ਨੂੰ ਦੇਖ ਕੇ ਗੱਲ ਕਰਤਾ ਸਾਨੂੰ ਹੈ ਨੀ ਸਾਨੂੰ ਪਤਾ ਨੀ ਅਜੇ ਕਈ ਗੱਲਾਂ ਨੂੰ ਟਾਈਮ ਲੱਗਣਾ ਭਾਈ ਅਸੀਂ ਐਡਵਾਂਸ ਤਾਂ ਕਹਿੰਦੇ ਹਾਂ ਬਿਲਕੁਲ ਪਰ ਇੱਦਾਂ ਨੀ ਲੱਗਦਾ ਵੀ ਜੇਕਰ ਆਹ ਜਿਹੜੀਆਂ ਗੱਲਾਂ ਆ ਇਹਨਾਂ ਇਹਨਾਂ ਗੱਲਾਂ ਨੂੰ ਸਮਝ ਲਿਆ ਜਾਵੇ ਹਾਂਜੀ ਫਿਰ ਗੁਰਬਾਣੀ ਤਾਂ ਮਲਾਈ ਵਾਂਗੂ ਮਤਲਬ ਸਮਝ ਆਊਗੀ ਇੱਥੇ ਤਾਂ ਕਪੂਰ ਦੁਖਦਾ ਨਾ ਇਹਨਾਂ ਨੂੰ ਇੱਥੇ ਕਪੂਰ ਭੈੜਾ ਲੱਗਦਾ ਇਹਨਾਂ ਨੂੰ ਇਹ ਕਹਿੰਦੇ ਵੀ ਨਹੀਂ ਨਹੀਂ ਗੁਰਬਾਣੀ ਕਿਉਂਕਿ ਇਹਨਾਂ ਕੋਲ ਮਹਾਰਤ ਗੁਰਬਾਣੀ ਦੀ ਆ ਸਾਡੇ ਸਕਾਲਰਾਂ ਦੇ ਕੋਲ ਮਹਾਰਤ ਇੱਕੋ ਹੀ ਆ ਹੁਣ ਇਹ ਕਹਿੰਦੇ ਵੀ ਜੇ ਸਾਡੇ ਕੋਲੋਂ ਇਹ ਖੋਲੇ ਫਿਰ ਅਸੀਂ ਕੀ ਕਰਾਂਗੇ ਬਿਲਕੁਲ 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 ਮੈਂ ਸ਼ਨੀਵਾਰ ਤੁਹਾਡਾ ਪ੍ਰੋਗਰਾਮ ਸੁਣਦਾ ਸੀ ਦਸਮ ਗ੍ਰੰਥ ਦਾ ਸੱਚ ਹਾਂਜੀ ਮੈਂ ਚਲੋ ਆਪਾਂ ਤਾਂ ਡਿਸਕਸ਼ਨ ਵਗੈਰਾ ਉੱਥੇ ਰੇਡੀਓ ਤੇ ਕਰਦੇ ਰਹੇ ਨੇ ਪਰ ਮੈਂ ਗਰੰਟੀ ਨਾਲ ਇਹ ਗੱਲ ਕਹਿ ਸਕਦਾ ਵੀ ਜਿਹੜਾ ਬੰਦਾ ਉਹ ਪ੍ਰੋਗਰਾਮ ਉਹਦੇ ਵਿੱਚ ਜਿਹੜੇ ਦੋ ਚਾਰ ਨੁਕਤੇ ਗੁਰੂ ਬਾਰੇ ਧਰਮ ਬਾਰੇ ਜਾਂ ਰੱਬ ਬਾਰੇ ਡਿਸਕਸ ਹੋਏ ਆ ਜੇਕਰ ਉਹਨਾਂ ਨੂੰ ਆਧਾਰ ਬਣਾ ਕੇ ਮਤਲਬ ਤੁਸੀਂ ਗੁਰਬਾਣੀ ਨੂੰ ਸਮਝਦੇ ਆ ਤਾਂ ਪ੍ਰੋਬਲਮ ਆਈ ਨੀ ਸਕਦੀ ਪ੍ਰੋਬਲਮ ਦਾ ਤਾਂ ਮਸਲਾ ਹੀ ਕੋਈ ਨੀ ਕਿਉਂਕਿ ਜਿਹੜੇ ਮੇਜਰ ਤਿੰਨ ਫੈਕਟ ਆਉਂਦੇ ਆ ਮਤਲਬ ਧਰਮ ਦੇ ਵਿੱਚ ਉਹ ਜੇਕਰ ਤਿੰਨੇ ਹੀ ਤੁਹਾਡੇ ਮਾਇੰਡ ਦੇ ਵਿੱਚ ਕਲੀਅਰ ਆ ਜਦੋਂ ਤੁਸੀਂ ਗੁਰਬਾਣੀ ਦਾ ਕੋਈ ਵੀ ਸਲੋਕ ਮੈਂ ਕਹਿੰਦਾ 1430 ਪੰਨਿਆਂ ਚ ਕਿਤੇ ਵੀ ਇੱਕ ਵੀ ਲਾਈਨ ਪੜ੍ਹੀ ਉਹ ਤਿੰਨਾਂ ਨੇ ਕਿਤੇ ਨਾ ਕਿਤੇ ਉਹਦੇ ਵਿੱਚ ਜ਼ਰੂਰ ਦਿਖਾਈ ਦੇਣਾ ਨਾ ਬਿਲਕੁਲ ਬਿਲਕੁਲ ਮੇਰੇ ਹਿਰਦੇ ਚ ਰੱਬ ਵਸਦਾ ਆ ਮੇਰਾ ਮਨ ਵਿਛੜਦਾ ਮੈਨੂੰ ਤੜਪਛਣਾ ਲੱਗਦੀ ਆ ਮੈਂ ਇੱਦਾਂ ਹੁਣ ਵੀ ਆਖਾਂ ਜੀਵਾਂ ਵਿਸਰੇ ਮਰ ਜਾਊ ਵੀ ਉਹ ਆਖਣਾ ਕਿਹਨੇ ਆ ਜੀਣਾ ਕਿਹਨੇ ਆ ਬਸ ਹਾਂ ਹਨਾ ਉਹ ਆਖਣ ਨਾ ਆਉਣਾ ਕਿਹਨੇ ਆ ਜੀ 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 ਤੇ ਇੱਕ ਜਿਹੜੀ ਅਖੀਰੀ ਸਾਰਿਆਂ ਨਾਲ ਵੱਡੀ ਗੱਲ ਸੀਗੀ ਚਲੋ ਉਸ ਪ੍ਰੋਗਰਾਮ ਚ ਜਿਹੜੇ ਕੋਈ ਵੀਰ ਸੁਣਦੇ ਦੁਬਾਰਾ ਵੀ ਸੁਣ ਲੈਣ ਬਈ ਅਸਲ ਦੇ ਵਿੱਚ ਬੰਦੇ ਨੂੰ ਪਤਾ ਆ ਵੀ ਜਿਹੜੇ ਜਿਹੜੇ ਅਵਗੋਣੇ ਆ ਜਿਹੜੇ ਮਤਲਬ ਮੈਂ ਆਪਣੇ ਆਪ ਤੋਂ ਲੁਕੋਏ ਉਹ ਆ ਅਸਲ ਦੇ ਵਿੱਚ ਜਿਹੜੇ ਮਾਰਨ ਵਾਲੇ ਆ ਜਿਨ੍ਹਾਂ ਨੂੰ ਖਤਮ ਕਰਨਾ ਆ ਬੰਦੇ ਨੇ ਹਾਂ ਵੱਡੀ ਵੱਡੀ ਪ੍ਰੋਬਲਮ ਜਿਹੜੀ ਉਹ ਸੈਲਫ ਡਿਸਟਰਪਸ਼ਨ ਦੀ ਆਉਂਦੀ ਆ ਨਾ ਜਿਹੜਾ ਜਿਹੜਾ ਸੁਧਾਰ ਨਹੀਂ ਹੋ ਰਿਹਾ ਸਾਡਾ ਉਹ ਇਸ ਕਰਕੇ ਨਹੀਂ ਹੋ ਰਿਹਾ ਜਿਹੜੀ ਗੱਲ ਖੁਦ ਨਹੀਂ ਕਬੂਲ ਰਹੇ ਅਸੀਂ ਉਹਦੇ ਉੱਤੇ ਕੰਮ ਨਹੀਂ ਕਰ ਰਹੇ ਉਹਦੇ ਲਈ ਡਿਫੈਂਸਿਵ ਆ ਅਸੀਂ ਬਿਲਕੁਲ ਬਿਲਕੁਲ ਜਿਹਨੂੰ ਖੁਦ ਮੰਨ ਨਹੀਂ ਰਹੇ ਉਹ ਉਹਦੇ ਬਾਰੇ ਜਦੋਂ ਅਗਲਾ ਸਾਨੂੰ ਕੋਈ ਕਹਿੰਦਾ ਹੈ ਨਾ ਉਹਦੇ ਨਾਲ ਲੜਦੇ ਆ ਅਸੀਂ ਬਿਲਕੁਲ ਤੇ ਉਹਦੇ ਵਿੱਚੋਂ ਜਿਹੜੀ ਵਿਰੋਧਤਾ ਨਿਕਲਦੀ ਆ ਉਹ ਬੜੀ ਖਤਰਨਾਕ ਆ ਜਿਹੜੇ ਜਿਹੜੇ ਸੈਲਫ ਡਿਸੈਪਟਿਵ ਆ ਨਾ ਬੰਦੇ ਜਿਹੜੇ ਮਤਲਬ ਜਿਹੜੇ ਫਿਰ ਵਿਰੋਧ ਵਿੱਚ ਖੜ ਜਾਂਦੇ ਆ ਇਸ ਗੱਲ ਦੇ ਆ ਕੇ ਵੀ ਮੈਂ ਤਾਂ ਮਤਲਬ ਇਸ ਤਰੀਕੇ ਨਾਲ ਮਤਲਬ ਮੰਨਦਾ ਆ ਜਾਂ ਕਹਿ ਲਈਏ ਵੀ ਮੇਰੀ ਮਾਨਤਾ ਇਹ ਆ ਫਿਰ ਉਹ ਹੁਣ ਪ੍ਰਚਾਰਕਾਂ ਦੀ ਭਾਈ ਪੰਥ ਪ੍ਰੀਤ ਦੀ ਗੱਲ ਲਾ ਲਈਏ ਧੁੰਦੇ ਹੋਣਾ ਦੀ ਗੱਲ ਲਾ ਲਈਏ ਹੁਣ ਸਾਰੀ ਗੁਰਬਾਣੀ ਮਤਲਬ ਇਹਨਾਂ ਨੇ ਜਸਟੀਫਾਈ ਕਰਨ ਤੇ ਲਾਈ ਹੋਈ ਆ ਵੀ ਸਰ ਕਿਉਂਕਿ ਜਿਹੜੀਆਂ ਇਹ ਮਨੌਤਾਂ ਲੋਕਾਂ ਨੂੰ ਦੇ ਰਹੇ ਆ ਉਹ ਕਿਤੇ ਵੀ ਜੇ ਕਹਿ ਲਈਏ ਵੀ ਕੁਦਰਤ ਦੇ ਢਾਂਚੇ ਦੇ ਉੱਤੇ ਜਾਂ ਜਿਹੜਾ ਗੁਰੂ ਨਾਨਕ ਦੇਵ ਨੇ ਸਾਨੂੰ ਫਲਸਫਾ ਦਿੱਤਾ ਉਸ ਢਾਂਚੇ ਤੇ ਕਿਤੇ ਵੀ ਮਤਲਬ 1% ਵੀ ਪੂਰੀਆਂ ਨਹੀਂ ਉਤਰਦੀਆਂ ਹੈਗੀਆਂ ਤਾਂ ਹੀ ਜਦੋਂ ਨਾ ਜੇ ਉਹ ਤੇ ਪੂਰੀ ਉਤਰਦੀ ਹੋਵੇ ਤੇ ਤੁਹਾਨੂੰ ਗੁਰਬਾਣੀ ਦਾ ਆਸਰਾ ਨਹੀਂ ਲੈਣਾ ਪੈਣਾ ਕਿਉਂਕਿ ਪੂਰੀ ਨਹੀਂ ਉਤਰਦੀ ਇਸੇ ਹੁਣ ਸਾਧ ਜਿਹੜੇ ਆ ਉਹਨਾਂ ਨੂੰ ਪਤਾ ਹੈ ਵੀ ਜਿਹੜਾ ਸੰਤ ਆ ਸਾਧ ਆ ਦੇਹ ਉਹਦੀ ਪੂਜਾ ਨਹੀਂ ਹੋ ਸਕਦੀ ਪਤਾ ਹੈ ਉਹਨਾਂ ਨੂੰ ਤਾਂ ਹੀ ਉਹ ਗੁਰਬਾਣੀ ਦੀਆਂ ਪੰਕਤੀਆਂ ਲੱਭ ਲੱਭ ਕੇ ਕਹਿੰਦੇ ਆ ਸੇਵਾ ਕੋ ਦੋਏ ਭਲੇ ਇੱਕ ਸੰਤ ਇੱਕ ਰਾਮ ਗੁਰੂ ਸਾਹਿਬ ਇੱਦਾਂ ਕਹਿੰਦੇ ਆ ਉਹ ਸੰਤ ਕਿਹੜਾ ਆ ਜਿਹਦੇ ਬਾਰੇ ਗੁਰੂ ਸਾਹਿਬ ਨੇ ਕਿਹਾ ਉਹ ਕਹਿੰਦੇ ਸਾਡੇ ਵਾਲਾ
ਨਹੀਂ ਬਿਲਕੁਲ ਬਿਲਕੁਲ ਸੌਖਾ ਆ ਜੀ। ਆ ਜਿਹੜੀਆਂ ਜਿਹੜੀਆਂ ਥੋੜੇ ਚਿਰਾਂ ਦੇ ਵਿੱਚ ਤੁਸੀਂ ਚਲੋ ਉਹ ਗੁਰੂ ਸਾਹਿਬ ਤੋਂ ਗੱਲ ਸ਼ੁਰੂ ਹੋਈ ਸੀ ਤੇ ਉਸ ਤੋਂ ਬਾਅਦ ਵੀ ਕਈ ਬਲੰਟ ਜਿਹੜੀਆਂ ਸਟੇਟਮੈਂਟਾਂ ਦਿੱਤੀਆਂ, ਮੈਨੂੰ ਮਤਲਬ ਪਰਸਨਲੀ ਮਹਿਸੂਸ ਹੁੰਦਾ ਵੀ ਬਹੁਤ ਜ਼ਰੂਰੀ ਆ, ਕਿਉਂਕਿ ਜਦੋਂ ਕਿਸੇ ਦੇ ਸੱਟ ਵੱਜੂ, ਜਦੋਂ ਆਪਾਂ ਕਹਿੰਦੇ ਹਾਂ ਵੀ ਠਾ ਠੋਟਾ ਵੱਜੂਗਾ ਹਨਾ, ਤਾਂ ਘੱਟੋ ਘੱਟ ਉਹਦੇ ਵਿੱਚੋਂ ਸਵਾਲ ਪੈਦਾ ਹੋਣਗੇ। ਜਿੰਨਾ ਚਿਰ ਅਸੀਂ ਠਾ ਠੋਟਾ ਨਹੀਂ ਮਾਰਦੇ ਤਾਂ ਸਵਾਲ ਨੀ ਕੋਈ ਉਹਦੇ ਵਿੱਚੋਂ ਫਿਰ ਪੈਦਾ ਹੁੰਦਾ। ਬਣਨੀ ਗੱਲ ਤਾਂ ਆ, ਹਾਂ ਬਣਨੀ ਗੱਲ ਤਾਂ ਆ, ਮਨੌਤਾਂ ਦੇ ਬਾਰੇ ਬਹੁਤ ਸਪਸ਼ਟ, ਭਾਵੇਂ ਚਲੋ ਅੱਜ ਆ ਪੈਂਟਾਂ ਨੂੰ ਕੱਪੜਿਆਂ ਨੂੰ ਲੈ ਕੇ ਗੱਲ ਸੀ ਵੀ ਸਰੀਰ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨੀ ਹੈਗਾ। ਤਾਂ ਹੀ ਮਤਲਬ ਜਿਹੜੀ ਆਉਣ ਵਾਲੀ ਜਨਰੇਸ਼ਨ ਆ, ਮੈਂ ਇੱਕ ਗੱਲ ਨੋਟ ਕਰਦਾ ਹੁੰਦਾ, ਚਲੋ ਹੋਰ ਵੀ ਬਾਕੀ ਬੰਦੇ ਵੀ ਕਰਦੇ ਹੋਊਗੇ, ਬਈ ਫੇਸਬੁੱਕ ਤੇ ਕਈ ਏਦਾਂ ਦੇ ਬੱਚੇ ਆ ਜਾਂ ਜਿਹੜੇ ਜਾਣਦੇ ਜਿਹੜੇ ਪੜ੍ਹੇ ਲਿਖੇ ਆ ਤੇ ਕੋਈ ਬਹੁਤਾ ਧਰਮ ਦੇ ਨਾਲ ਇੰਟਰਸਟ ਨੀ ਰੱਖਦੇ, ਹਾਂਜੀ, ਪਰ ਜਿਹੜੇ ਲੇਟਲੀ ਲੇਖ ਸਾਡੇ ਵੀਰਾਂ ਨੇ ਲਿਖੇ ਆ ਨਾ, ਜਿਹੜੇ ਨਾਲ ਜੁੜੇ ਹੋ ਆ, ਉਹ ਬਹੁਤ ਲੇਖਾਂ ਤੇ ਉਹ ਹੁਣ ਆ ਕੇ ਪ੍ਰਕਿਰਿਆ ਕਰਦੇ ਆ, ਮੰਨ ਲਓ ਉਹਨਾਂ ਦੀ ਦੇਖਣ ਨੂੰ ਮਿਲਦੀ, ਉਹ ਕਹਿੰਦੇ ਵੀ ਇਹ ਤਾਂ ਸਿੱਧੀਆਂ ਗੱਲਾਂ ਆ, ਵੀ ਹੁਣ ਹੁਣ ਉਹਨਾਂ ਨੂੰ ਇੱਦਾਂ ਲੱਗਦਾ ਵੀ ਇਹ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਮਰਜ ਹੋ ਰਿਹਾ, ਇਹ ਫਲਸਫਾ ਜਿਸ ਫਲਸਫੇ ਦੀ ਗੱਲ ਗੁਰੂ ਨਾਨਕ ਨੇ ਕੀਤੀ ਆ, ਇਹ ਤਾਂ ਉਹੀ ਰਾਹ ਆ ਜਿਸ ਰਾਹ ਤੇ ਅਸੀਂ ਤੁਰਨਾ ਚਾਹੁੰਦੇ ਆ, ਇਹ ਤਾਂ ਸਿਰਫ ਕੱਪੜਿਆਂ ਦਾ ਹੀ ਫਰਕ ਆ। ਨਾਲੇ ਉਹਦੇ ਨਾਲ ਫਾਇਦਾ ਇਹ ਹੋਣਾ ਆ ਵੀ ਜੇ ਅਸੀਂ ਇਹ ਚੀਜ਼ ਹੁੰਦੀ ਨਾ ਹੋਈ ਹੋ ਤੇ ਅੱਜ ਸਾਡੀ ਅਗਵਾਈ ਕਰਨ ਨੂੰ ਕੱਲੇ ਪੰਥ ਪ੍ਰੀਤ ਮਾਝੀ ਢਪਾਲੀ ਨਾ ਹੁੰਦੇ, ਜ਼ਰੂਰੀ ਨੀ ਵੀ ਜਸਵਿੰਦਰ ਵਰਗੇ ਢੋਲਕੀ ਜਿਹਨਾਂ ਨੂੰ ਡੱਖੇ ਦੀ ਅਕਲ ਨਹੀਂ ਉਹ ਫੈਸਲੇ ਕਰਦੇ ਕਿ ਸਾਡੇ ਸਕਾਲਰਾਂ ਨੇ ਕੀ ਕਰਨਾ। ਬਿਲਕੁਲ, ਹੁਣ ਪੰਥ ਪ੍ਰੀਤ ਦੇ ਸਾਰੇ ਦੀਵਾਨ ਢੋਲਕੀ ਜਸਵਿੰਦਰ ਕਰਦਾ ਬੁੱਕ, ਮਤਲਬ ਕਿੰਨੇ ਕੁ ਵਧੀਆ ਫੈਸਲੇ ਹੋ ਸਕਦੇ ਆ, ਜਾਣੀ ਬੜੀ ਬਦਕਿਸਮਤੀ ਆ ਜੀ, ਬਦਕਿਸਮਤੀ ਆ। ਉਹ ਇੰਟੈਲੀਜੈਂਟ ਨਿਆਣੇ ਹੁੰਦੇ ਵਿੱਚ ਫੀਲਡ ਦੇ ਆਏ ਅਗਵਾਈ ਕਰਨ ਸੈਮੀਨਾਰਾਂ ਨੂੰ, ਉਹ ਬੈਠੇ ਹੁੰਦੇ ਵਿੱਚ, ਨਾਲੇ ਕੰਪੀਟੀਸ਼ਨ ਹੁੰਦਾ ਜਦੋਂ ਪਤਾ ਵੀ 50 ਸਕਾਲਰ ਬੈਠੇ ਆ, ਹਰੇਕ ਨੂੰ ਪਤਾ ਹੁੰਦਾ ਵੀ ਮੇਰੇ ਬਰਾਬਰ 20 ਜਣੇ ਆ, ਜੇ ਮੈਂ ਗਲਤੀ ਕਰ ਲਈ ਮੁੜ ਕੇ ਥਾਂ ਨਹੀਂ ਮਿਲਣੀ, ਮਨੋਪਲੀ ਨਾ ਹੁੰਦੀ। ਚਲੋ